ਪਟਿਆਲਾ ਕੋਤਵਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਆਪਣੇ ਆਪ ਨੂੰ ਜਾਟ ਗੈਂਗਸਟਰ ਕਹਿਣ ਵਾਲੇ ਅਮਨਦੀਪ ਸਿੰਘ ਨੂੰ ਉਸ ਦੇ ਸਾਥੀਆਂ ਦੇ ਨਾਲ ਧਰ ਦਬੋਚਿਆ ਗਿਆ। ਪਟਿਆਲਾ ਦੀ ਬਾਰਾਦਰੀ ਵਿੱਚ ਅਫਰਾ ਤਫਰੀ ਦੇਖੀ ਗਈ ਤਾਂ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ। ਪਤਾ ਲੱਗਾ ਕਿ ਖਬਰ ਕੁਝ ਇਸ ਤਰ੍ਹਾਂ ਸੀ ਕਿ ਆਪਣੇ ਆਪ ਨੂੰ ਜਾਟ ਪੰਜਾਬੀ ਗੈਂਗਸਟਰ ਕਹਾਉਣ ਵਾਲੇ ਨੂੰ ਪੁਲਿਸ ਕਈ ਦਿਨਾਂ ਤੋਂ ਲੱਭ ਰਹੀ ਸੀ ਅਤੇ ਪੁਲਿਸ ਨੇ ਹੁਣ ਗੁਪਤ ਸੂਚਨਾ ਦੇ ਆਧਾਰ 'ਤੇ ਉਸ ਨੂੰ ਅਤੇ ਉਸਦੇ ਸਾਥੀਆਂ ਨੂੰ ਫੜ ਲਿਆ ਏ। ਇਸ ਮੌਕੇ ਉਹਨਾਂ ਦੋਵਾਂ ਵੱਲੋਂ ਦੌੜਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦੀ ਮੁਸਤੈਦੀ ਦੇ ਕਾਰਨ ਉਹਨਾਂ ਦੀ ਇੱਕ ਨਾ ਚੱਲੀ। ਪੁਲਿਸ ਵੱਲੋਂ ਉਹਨਾਂ ਨੂੰ ਥਾਣਾ ਕੋਤਵਾਲੀ ਲਿਜਾਇਆ ਗਿਆ ਜਿੱਥੇ ਇਸ ਗੈਂਗਸਟਰ ਦਾ ਨਾਮ ਅਮਨਦੀਪ ਸਿੰਘ ਦੱਸਿਆ ਜਾ ਰਿਹਾ ਏ। ਇਹ ਗੈਂਗਸਟਰ ਆਪਣੇ ਦੋਸਤ ਦੀ ਪਾਰਟੀ ਦੇ ਵਿੱਚ ਪੁੱਜਾ ਸੀ ਜਿੱਥੋਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਅਤੇ ਪੁਲਿਸ ਨੇ ਰੇਡ ਮਾਰ ਕੇ ਇਸ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਹੁਣ ਇਹਨਾਂ ਤੋਂ ਪੁੱਛਗਿੱਛ ਕਰੇਗੀ ਜਿਸ ਵਿੱਚ ਕਈ ਅਹਿਮ ਖੁਲਾਸੇ ਹੋ ਸਕਦੇ ਨੇ। ਕੁਝ ਦਿਨ ਪਹਿਲਾਂ ਇੱਕ ਇੱਥੇ ਸ਼ਾਹੀ ਸਮਾਧਾਂ ਦੇ ਕੋਲ ਇੱਕ ਇੰਸੀਡੈਂਟ ਹੋਈ ਸੀ। ਇਹ ਦੋਸਤ ਆਪਸ 'ਚ ਲੜ ਪਏ ਸੀ ਅਤੇ ਆਪਣੇ ਦੋਸਤ ਨੂੰ ਇਹਨਾਂ ਨੇ ਫੋਨ ਕਰਕੇ ਬੁਲਾਇਆ ਸੀਗਾ ਅਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਹੋ ਗਿਆ ਅਤੇ ਜਿਹੜੇ ਦੋਸਤ ਦੇ ਘਰ ਆਏ ਸੀ ਇਹਦੇ ਉਹਦੇ ਛੁਰੇਬਾਜ਼ੀ ਕਰਕੇ ਉਹਨੂੰ ਬੜੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਇਹਦੇ 'ਚ ਮੁੱਖ ਤੌਰ 'ਤੇ ਅਮਨਦੀਪ ਨਾਂ ਦਾ ਮੁੰਡਾ ਸੀ ਜਿਹਨੂੰ ਜੱਟ ਕਰਕੇ ਜਾਣਿਆ ਜਾਂਦਾ, ਉਹ ਸੀ। ਇਹਦੇ ਨਾਲ ਇੱਕ ਚੀਕੂ ਨਾਂ ਦਾ ਮੁੰਡਾ ਸੀ ਅਤੇ 4-5 ਜਣੇ ਹੋਰ ਸੀ, ਇੱਕ ਰੋਹਿਤ ਸੀਗਾ। ਅਤੇ ਇਹ ਆਈਡੈਂਟੀਫਾਈ ਕਰ ਲਏ ਗਏ ਸੀਗੇ, ਮੁਕੱਦਮਾ ਦਰਜ ਕਰਤਾ ਸੀ ਇਹ, ਲੇਕਿਨ ਇਹ ਕਾਫੀ ਟਾਈਮ ਤੋਂ ਭੱਜੇ ਹੋਏ ਸੀ, ਪੁਲਿਸ ਨੂੰ ਝੁਕਾਨੀ ਦੇ ਰਹੇ ਸੀਗੇ। ਅਤੇ ਅੱਜ ਇਹਨਾਂ 'ਚੋਂ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ, ਜੱਟ ਨੂੰ ਅਤੇ ਚੀਕੂ ਨੂੰ, ਅਤੇ ਇੱਕ ਦੋਸ਼ੀ ਪਹਿਲਾਂ ਗ੍ਰਿਫਤਾਰ ਕੀਤਾ ਗਿਆ। ਇਹਨਾਂ 'ਤੇ ਪਹਿਲਾਂ ਕਿੰਨੇ ਮੁਕੱਦਮੇ ਦਰਜ? ਇਹਨਾਂ 'ਤੇ ਇਸੇ ਥਾਣੇ 'ਚ ਇੱਕ 307 ਦਾ ਮੁਕੱਦਮਾ ਹੋਰ ਹੈ। ਪਹਿਲਾ ਮੁਕੱਦਮਾ ਵੀ 307 ਦੇ ਅਧੀਨ ਹੀ ਦਰਜ ਹੈ, ਇੱਕ ਮੁਕੱਦਮਾ ਹੋਰ ਦਰਜ ਹੈ, ਉਹਦੇ 'ਚ ਵੀ ਵਾਂਟੇਡ ਹੈ। ਨਹੀਂ, ਬਸ ਮੈਂ ਇਹਨੂੰ ਇੱਕ ਪੈਟੀ ਕ੍ਰਾਈਮ ਕਹਿ ਸਕਦਾ, ਚੁਰੇਬਾਜ਼ੀ ਕਰਦੇ ਨੇ ਅਤੇ ਉਹਦੇ ਨਾਲ ਥੋੜ੍ਹਾ ਜਿਹਾ ਮਾਹੌਲ ਨੂੰ ਇਹਨਾਂ ਨੇ ਵਿਸ਼ੇਟ ਕਰਨ ਦੀ ਕੋਸ਼ਿਸ਼ ਕੀਤੀ। ਸਰ, ਕਿਤੇ ਕਿਤੇ ਜੱਟ ਪੰਜਾਬੀ ਦਾ ਨਾਮ ਜਿਹੜਾ ਤਾਂ ਜੱਟ ਪੰਜਾਬੀ ਗੈਂਗਸਟਰ ਦੇ ਨਾਮ 'ਤੇ ਆਉਂਦਾ, ਕੀ ਹਕੀਕਤ ਵਿੱਚ ਹੈ ਕਿ ਇਹਨੇ ਆਪਣਾ ਨਾਮ ਪੇਸਾ ਰੱਖਿਆ? ਨਹੀਂ, ਗੈਂਗਸਟਰ ਨਾਮ ਦੀ ਮੈਂ ਕਹਾਂਗਾ ਕਿ ਪਟਿਆਲੇ 'ਚ ਕੋਈ ਇਸ ਤਰੀਕੇ ਦਾ ਗੈਂਗਸਟਰ ਨਹੀਂ, ਨਾ ਹੀ ਅਸੀਂ ਕੋਈ ਗੈਂਗਸਟਰ ਇੱਥੇ ਪੈਦਾ ਹੋਣ ਦੇਣਾ। ਅਤੇ ਇੱਕ ਪੈਟੀ ਕ੍ਰਾਈਮ ਕਹਿ ਸਕਦੇ ਹਾਂ, ਛੁਰੇਬਾਜ਼ੀ ਕੋਈ ਇੱਕ ਗੈਂਗਸਟਰ ਦਾ ਇੱਕ ਅਪਰਾਧ ਨਹੀਂ ਕਿਹਾ ਜਾ ਸਕਦਾ। ਨਹੀਂ ਸਰ, ਜੱਟ ਪੰਜਾਬੀ ਨੇ ਆਪਣਾ ਨਾਮ ਜੱਟ ਪੰਜਾਬੀ ਗੈਂਗਸਟਰ ਲਿਖਿਆ? ਨਹੀਂ, ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ, ਲੇਕਿਨ ਮੈਂ ਨਹੀਂ ਸਮਝਦਾ ਕਿ ਇਹ ਕੋਈ ਵੱਡਾ ਗੈਂਗਸਟਰ ਹੈ ਜਾਂ ਕੋਈ ਇਸ ਤਰੀਕੇ ਦਾ ਹੈ। ਛੁਰੇਬਾਜ਼ ਹੈ, ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ? ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੈ, ਉਹਦੇ 'ਚ ਅਰੈਸਟ ਕਰਕੇ ਅਸੀਂ ਇਹਨਾਂ ਦਾ ਹੁਣ ਰਿਮਾਂਡ ਲਵਾਂਗੇ। ਜੇ ਕੋਈ ਇਹਨਾਂ ਨੇ ਹੋਰ ਵੀ ਕੋਈ ਵਾਰਦਾਤਾਂ ਕੀਤੀਆਂ ਹੋਣਗੀਆਂ ਉਹਨਾਂ ਬਾਰੇ ਪਤਾ ਕਰਾਂਗੇ, ਇਹਨਾਂ ਵਰਤੇ ਗਏ ਹਥਿਆਰ ਬਰਾਮਦ ਕਰਾਂਗੇ, ਅਤੇ ਜੇਕਰ ਦੂਜੇ ਥਾਣਿਆਂ 'ਚ ਵੀ ਕੋਈ ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋਏਗਾ ਉਹਦਾ ਪਤਾ ਕਰਾਂਗੇ, ਉਹਨਾਂ 'ਚ ਵੀ ਇਹਨਾਂ ਨੂੰ ਗ੍ਰਿਫਤਾਰ। ਹਾਲੇ ਤੱਕ ਕਿੰਨੇ ਪਰਚੇ ਦਰਜ ਹੈ ਇਹਨਾਂ ਦੇ ਖਿਲਾਫ਼? ਮੇਰੇ ਥਾਣੇ 'ਚ 2 ਮੁਕੱਦਮੇ ਦਰਜ ਨੇ ਇਹਨਾਂ ਦੇ। ਪਟਿਆਲਾ ਤੋਂ ਮਨੋਜ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।